ਸਤਿ ਸ਼੍ਰੀ ਅਕਾਲ ਜੀ ਪੰਜਾਬੀਓ। ਸੋ ਦਿਲੋਂ ਪਿਆਰ ਸਾਰਿਆਂ ਨੂੰ, ਮੈਨੂੰ ਇੰਨਾ ਮਾਣ ਅਤੇ ਸਤਿਕਾਰ ਦੇਣ ਲਈ ਜਿਹੜੇ ਮੇਰੇ ਪੰਜਾਬੀ ਵੀਰ ਪੰਜਾਬੀ ਸੱਭਿਆਚਾਰ ਜਾਂ ਵਿਰਸੇ ਨੂੰ ਪਿਆਰ ਕਰਦੇ ਨੇ, ਸਾਨੂੰ ਦੋਵਾਂ ਭਰਾਵਾਂ ਨੂੰ ਪਿਆਰ ਕਰਦੇ ਨੇ, ਸੋ ਦਿਲੋਂ ਧੰਨਵਾਦ। ਸੋ ਜਿਨ੍ਹਾਂ ਜਿਨ੍ਹਾਂ ਮੈਨੂੰ ਸਪੋਰਟ ਦਿੱਤੀ, ਜੋ ਵੀ ਚੱਲ ਰਿਹਾ ਹੈ, ਸੋ ਅਫਸਰ ਸਾਹਿਬਾਨ, ਮੇਰੇ ਜਿੰਨੇ ਵੀ ਮੇਰੇ ਦੋਸਤ, ਮੇਰੇ ਭਰਾ, ਮੇਰੇ ਫੈਨ, ਖਾਸ ਕਰਕੇ ਜੱਜ ਸਾਹਿਬਾਨ ਦਾ ਅਤੇ ਵਕੀਲ ਸਾਹਿਬਾਨ ਦਾ, ਜਿਨ੍ਹਾਂ ਨੇ ਮੈਨੂੰ ਬੜਾ ਜ਼ਿਆਦਾ ਪਿਆਰ ਅਤੇ ਮਾਣ ਦਿੱਤਾ। ਸੋ ਜਿਉਂਦੇ ਵਸਦੇ ਰਹੋ, ਪਰਮਾਤਮਾ ਸਾਰਿਆਂ ਦੀਆਂ ਲੰਮੀਆਂ ਉਮਰਾਂ ਕਰੇ। ਸੋ ਹਮੇਸ਼ਾ ਹੀ ਇੱਦਾਂ ਹੀ ਮੇਰੇ ਨਾਲ ਪਿਆਰ ਬਣਾਈ ਰੱਖਿਓ ਦੋਵਾਂ ਭਰਾਵਾਂ ਦੇ ਨਾਲ। ਸੋ ਬੜੀਆਂ ਤਾਕਤਾਂ, ਬੜੀਆਂ ਕੁਝ ਜ਼ਿੰਦਗੀ ਦੇ ਵਿੱਚ ਆਵੇਗਾ ਅਤੇ ਸਾਨੂੰ ਡੇਗਣ ਵਾਸਤੇ ਬੜਾ ਕੁਝ ਹੋਵੇਗਾ ਸਾਡੇ ਨਾਲ। ਅਤੇ ਜਦੋਂ ਇੱਦਾਂ ਦੇ ਵੀਰ ਅਤੇ ਇੱਦਾਂ ਦੇ ਨੇਕ ਦਿਲ ਵਧੀਆ ਸੁਭਾਅ ਦੇ ਮਾਲਕ ਇਨਸਾਨ ਸਾਡੇ ਨਾਲ ਖੜਨਗੇ, ਅਤੇ ਹਮੇਸ਼ਾ ਹੀ ਗਰਵ ਰਹੇਗਾ ਇਸ ਚੀਜ਼ ਦਾ ਕਿ ਪੰਜਾਬ ਦੇ ਵਿੱਚ ਜਾਂ ਵਰਲਡ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹਜੇ ਵੀ ਵਧੀਆ ਲੋਕ ਇਨਸਾਨ ਨੇ। ਬੁਰਾਈ ਚਾਹੇ ਜਿੰਨੀ ਮਰਜ਼ੀ ਹੋਵੇ, ਹਮੇਸ਼ਾ ਅੰਤ 'ਤੇ ਚੰਗਿਆਈ ਦੀ ਹੀ ਜਿੱਤ ਹੁੰਦੀ ਹੈ, ਅਤੇ ਇਹ ਮੈਨੂੰ ਐਕਸਪੀਰੀਅੰਸ ਜ਼ਿੰਦਗੀ ਦੇ ਵਿੱਚ ਮੈਂ ਬੜਾ ਪਹਿਲੂ ਹੀ ਵੇਖਿਆ ਅਤੇ ਮੈਂ ਹੁਣ ਵੀ ਵੇਖ ਰਿਹਾ। ਸੋ ਦਿਲੋਂ ਧੰਨਵਾਦ ਕਰੋ ਫਿਰ ਤੋਂ ਪੰਜਾਬੀਆਂ ਦਾ, ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਨੇ, ਸਾਰੇ ਮੇਰੇ ਭਰਾ, ਜਿੰਨੇ ਵੀ ਮੇਰੀਆਂ ਬਾਵਾਂ ਨੇ, ਜਿਨ੍ਹਾਂ ਜਿਨ੍ਹਾਂ ਨੇ ਮੇਰੀ ਇਸ ਚੀਜ਼ ਦੇ ਵਿੱਚ ਸਪੋਰਟ ਦਿੱਤੀ, ਜੋ ਵੀ ਮਸਲਾ ਚੱਲ ਰਿਹਾ, ਪਰਮਾਤਮਾ ਸਾਰਿਆਂ ਦੀਆਂ ਲੰਮੀਆਂ ਉਮਰਾਂ ਕਰੇ। ਸੋ ਮਿਲਦੇ ਹਾਂ ਜਲਦ ਹੀ। ਸੋ ਲਵ ਯੂ ਦਿਲੋਂ ਪਿਆਰ ਸਾਰਿਆਂ ਨੂੰ, ਚਾਹੁੰਦੇ ਵਾਸਤੇ।